ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਸਟ੍ਰੇਲੀਆ ਤੋਂ ਵਾਪਸ ਪਰਤੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਕਲਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮੌਤ ਲਈ ਆਪਣੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ 34 ਸਾਲਾ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਵਿੱਚ ਕਿਰਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਪੂਰੀਆਂ ਕਲਾਂ ਨਾਲ ਹੋਇਆ ਸੀ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ਵਿੱਚ ਆਸਟ੍ਰੇਲੀਆ ਲੈ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਮੁੜ ਵਾਪਸ ਪਰਤਿਆ ਸੀ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਨੂੰਹ ਪੁੱਤ ਵਿੱਚ ਅਕਸਰ ਹੀ ਝਗੜਾ ਰਹਿੰਦਾ ਸੀ। ਉਹਨਾਂ ਦੀ ਨੂੰਹ ਦੇ ਪਰਿਵਾਰ ਵਾਲੇ ਅਕਸਰ ਹੀ ਉਹਨਾਂ ਦੇ ਪੁੱਤ ਨੂੰ ਤੰਗ ਪਰੇਸ਼ਾਨ ਕਰਦੇ ਸਨ, ਇੱਥੋਂ ਤੱਕ ਕਿ ਉਹਨਾਂ ਦੀ ਨੂੰਹ ਵੱਲੋਂ ਝੂਠਾ ਕੇਸ ਵੀ ਦਰਜ ਕਰਵਾ ਦਿੱਤਾ ਗਿਆ ਸੀ, ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਉਹਨਾਂ ਦੇ ਪੁੱਤ ਨੇ ਜ਼ਹਿਰੀਲੀ ਚੀਜ਼ ਨਿਕਲ ਲਈ ਹੈ। ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੀ ਉਹ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਂ ਵਾਈਫ ਦਾ ਮਲਵੀ ਸਾਰਿਆਂ ਦਾ ਨਾਂ ਪਾ ਕੇ ਮੈਂਸ਼ਨ ਕਰਕੇ ਉਹਨਾਂ ਪਾਇਆ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ ਤੇ ਇਹ ਉਹਨੇ ਲਿਖਿਆ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ। ਕਿਸੇ ਨੂੰ ਦੱਸਿਆ ਨਹੀਂ, ਘਰ ਰਾਤ ਉਹਨੇ 10:30-11 ਵਜੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲੇ, ਕਹਿੰਦਾ ਮੈਂ ਵੀ ਦਵਾਈ ਕਮਰੇ 'ਚ ਇਕੱਲਾ ਸੀ, ਕਮਰੇ 'ਚ ਉਸ ਟਾਈਮ ਇਕੱਲਾ, ਇਹ ਵੱਧ ਜੇ ਕਮਰੇ 'ਚ ਇਹ ਲੱਗੇ ਉਹਦਾ ਤੁਰੇ ਫਿਰਦੇ ਸੀ। ਕਿੰਨੇ ਬੱਚੇ ਨੇ? ਬੱਚਾ ਇੱਕ, ਬੇਟੀ ਉਹਨਾਂ ਦੀ 10-11 ਸਾਲ ਦੀ। ਕਿੰਨਾ ਕੋਲ ਰਹਿੰਦੀ ਕਿ ਆਪਣੀ ਮਾਂ? ਨਹੀਂ ਉਹ ਮਾਂ ਦੇ ਕੋਲ, ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ, ਕਾਫੀ ਟਾਈਮ ਤੋਂ ਮਿਲਣ ਦੀ ਕੋਸ਼ਿਸ਼ ਕਰ, ਨਹੀਂ ਮਿਲ ਦਿੰਦੇ, ਕੇਸ ਲਾਇਆ ਵਾ, ਕਹਿੰਦੇ ਬੱਚੇ ਨੂੰ ਨਹੀਂ ਮਿਲ ਦੇਣਾ। ਉਹ ਤੋਂ ਇੰਨਾ ਪਰੇਸ਼ਾਨ ਵਾ ਵੀ ਮਤਲਬ ਮੇਰੀ ਬੱਚੀ ਆ, ਵੀ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਤਲਬ, ਅਤੇ ਇੰਨਾ ਪਰੇਸ਼ਾਨ ਹੋਇਆ ਅਤੇ ਇਹਨਾਂ ਨੂੰ ਵੀ ਉਹ ਕੁਝ ਉਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ, ਅਤੇ ਉਹਨਾਂ ਨੂੰ ਵੀ ਥਾਣੇ 'ਤੇ ਮਤਲਬ ਕੇਸ ਚੱਲਣ ਦੇ ਬਾਅਦ ਕੋਰਟ ਨੇ ਫੈਸਲਾ ਦੇਣਾ ਹੁੰਦਾ, ਉਹਨਾਂ ਨੂੰ ਘੱਲ ਗਏ ਪੁਲਿਸ ਵਾਲਿਆਂ ਨੂੰ, ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤਾਂ ਉੱਥੇ ਜਲੀਲ ਕਰਦੇ। ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਹੋਇਆ ਵੀ ਮੇਰੀ ਮਾਂ ਕਹਿੰਦੀ ਆ, ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ, ਅਤੇ ਕਾਫੀ ਉਮਰ ਹੋ ਗਈ ਵਡਿਆਰੇ, ਅਤੇ ਥਾਣੇ ਸੱਦ ਸੱਦ ਕੇ ਅਤੇ ਜਲੀਲ ਕਰ ਰਹੇ ਆ, ਉੱਤੋਂ ਵੀ ਪਰੇਸ਼ਾਨ ਹੀ, ਰਾਤ ਨੇ ਰੋਂਦਾ ਰਹਿੰਦਾ ਹੈ, ਅਸੀਂ ਵੀ ਚਲੋ ਆਈਦਾ ਹੀ ਰੋ, ਅਤੇ ਰੋਂਦਾ ਸੀ ਭਾਈ ਮਤਲਬ ਬਹੁਤ ਪਰੇਸ਼ਾਨ ਕਰਦੇ ਆ। ਘਰ ਵਿੱਚ ਕੌਣ ਹੈ ਇਹਨਾਂ ਤੋਂ? ਘਰ ਦੇ ਇਹਨਾਂ ਦਾ ਇਕੱਲੇ ਹੀ ਹੈ, ਇਹ ਦੋ ਭੈਣਾਂ ਉਹ ਵਿਆਹੀਆਂ, ਉਹ ਆਪਣੇ ਘਰ ਵਾ, ਝਗੜਾ 3 ਸਾਲਾਂ ਤੋਂ ਚੱਲ ਰਿਹਾ ਇਹਨਾਂ ਦਾ, ਇੱਦਾਂ ਹੀ ਮਤਲਬ ਇਹ ਲਿਆ ਰਹੇ ਆ, ਉਹ ਆ ਵੀ ਨਹੀਂ ਆ ਰਹੀ ਹੈਗੀ। ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਮੈਂ ਫਾਹ ਲੈਣ ਦੀ ਕੋਸ਼ਿਸ਼ ਕੀਤੀ ਆ, ਇਸੇ ਪਰੇਸ਼ਾਨੀ ਤੋਂ ਹੀ ਮਤਲਬ ਉਹ ਬੇਟੀ ਨੂੰ ਮਿਲ ਨਹੀਂ ਦਿੰਦੇ, ਨਾ ਉਹ ਆ ਰਹੀ ਆ, ਤੇ ਨਾ ਹੀ ਮਤਲਬ ਕਿ ਕੇਸ ਕੇ ਪਾਸੇ ਹੀ ਮਤਲਬ ਉਹ ਕਰਨੀ, ਤਾਂ ਮਤਲਬ ਸ਼ਿਕਾਇਤ ਦਰਜ ਕਰਾਈ ਜੀ? ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ, ਹੁਣ ਵੀ ਕਰਾਈ ਆ। ਉੱਥੋਂ ਫਿਰ ਇਹ ਆ ਗਈ 10 ਦਿਨ ਅੱਗੋਂ, ਉਹ 10 ਦਿਨ ਮਗਰੋਂ ਆ ਗਿਆ ਵਾ, ਫਿਰ ਇਹਨਾਂ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਵਹੁਟੀ ਨਾ ਉਹਨੇ। ਮੈਂ ਆਖਿਆ ਮੈਂ ਨਹੀਂ ਕੋਈ ਬਾਹਰ ਦਾ ਬੰਦਾ ਵਿਆਜ ਖਾਈ ਜਾਓ ਤੁਸੀਂ, ਇੰਨੇ ਕੁ ਤੁਹਾਡੇ ਪਿਓ ਸਹੁਰੇ ਦੇ ਵੀ ਕੁਛ ਮਿਲੇ ਆ ਤੇ ਖਾ ਲਓ ਤੁਸੀਂ, ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ, ਜਿੱਦਾਂ ਪੂਰੀਆਂ ਨੌਕਰੀ ਪਲਾਈ ਕੀਤੀ, ਨਾ ਵੀ ਆਇਆ ਵਾ ਨੌਕਰੀ।
ਇਸ ਸੰਬੰਧੀ SHO ਪ੍ਰਭਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਜੀ ਕੱਲ੍ਹ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ FIR ਨੰਬਰ 198 19/7/2024 ਅੰਡਰ ਸੈਕਸ਼ਨ 108 BNS ਨਵੀਂ ਤਰ੍ਹਾਂ ਦੇ ਤਹਿਤ ਪਰਚਾ ਦਰਜ ਕਰਦਾ। ਅਸੀਂ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਹ 'ਚ ਕਿਰਨਦੀਪ ਕੌਰ ਅਤੇ ਉਹਨਾਂ ਦੇ ਨਾਲ ਸੱਸ ਸਹੁਰਾ 4 ਬੰਦਿਆਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਦਾ। ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਗਈ? ਨਹੀਂ, ਹਜੇ ਰੀਸੈਂਟਲੀ ਪਰਚਾ ਦਰਜ ਹੋਇਆ, ਇਹ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਦਾ।